ਰਹਿਮਾਨ ਰਹੀਮ ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਹੈ ਵੀਰਾਂ ਭਰਾਵਾਂ ਦਾ? ਉਮੀਦ ਹੈ ਕਿ ਸਾਰਾ ਖੈਰ ਅਫੀਅਤ ਨਾਲ ਹੋਣਗੇ। ਮੈਥੀ ਫਰਗੂਸਨ 240 ਅਤੇ ਸਾਡੇ ਕੋਲ ਮੌਜੂਦ ਹੈ। ਇਹਦਾ ਰਿਵਿਊ ਕਰਨਾ ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ ਨੇ, ਗੁਜ਼ਾਰਿਸ਼ ਕਿ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਅਪਲੋਡ ਦਾ ਫਾਇਦਾ ਜਿਹੜੀ ਵੀਡੀਓ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏਗਾ। 93 ਮਾਡਲ ਹੈ ਜੀ ਮੌਜੂਦ ਸਾਡੇ ਕੋਲ। ਜੋ ਕੰਡੀਸ਼ਨ ਮੈਂ ਤੁਹਾਨੂੰ ਦੱਸਾਂਗਾ ਉਹੀ ਕੰਡੀਸ਼ਨ ਹੋਏਗੀ, ਠੀਕ ਹੈ। ਬਾਅਦ 'ਚ ਤੁਸੀਂ ਤਸਵੀਰਾਂ ਮੰਗਦੇ ਜਾਂ ਵੀਡੀਓ ਮੰਗਦੇ ਨੇ ਉਹ ਕੰਮ ਨਾ ਕਰਿਆ ਕਰੋ, ਅਤੇ ਦਿਨ ਦੇ ਟਾਈਮ ਬਈ ਕਾਲ ਕਰਿਆ ਕਰੋ, ਅਤੇ ਚਸਕਾ ਪਾਰਟੀ ਥੋੜ੍ਹਾ ਜਿਹਾ ਦੂਰ ਰਿਹਾ ਕਰੋ। ਜਿਹੜਾ ਬੰਦਾ ਟਰੈਕਟਰ ਲੈਣਾ ਜਿਹਨੇ ਉਹੀ ਬੰਦਾ ਰਾਬਤਾ ਕਰੇ। 93 ਮਾਡਲ ਦਾ ਰਿਵਿਊ ਕਰਵਾ ਦਿੰਦੇ ਹਾਂ। ਸਭ ਤੋਂ ਪਹਿਲਾਂ ਬਈ ਸ਼ੋਅ ਦਾ ਰੰਗ ਤੁਸੀਂ ਦੇਖ ਸਕਦੇ ਹਾਂ ਇਹਦਾ, ਠੀਕ ਹੈ। ਸ਼ੋਅ ਦੀ ਕੰਡੀਸ਼ਨ ਚੈੱਕ ਕਰ ਸਕਦੇ ਜੇ, ਸਾਫ਼ ਸੁਥਰੀ। ਉਸ ਬਾਅਦ ਬਈ ਇਹਦਾ ਪੰਪ ਚੰਗਾ, ਠੀਕ ਹੈ। ਚੇਸੇ ਨੂੰ ਨਿਗਾਹ ਮਾਰ ਲਈਏ। ਜਿੱਥੇ ਤੀਕਰ ਮੈਨੂੰ ਲੱਗਦਾ ਜਨਾਬ ਜੀ, ਇਹ ਬਲਾਕ ਚੇਂਜ ਹੈ, ਠੀਕ ਹੈ। ਇਹ ਫਰਕ ਆ ਰਿਹਾ, ਬਕਾਇਆ ਚੇਸੀ ਦਾ ਰੰਗ ਇੱਕੋ ਜਿਹਾ ਥੱਲੇ ਦੂਸਰੀ ਸਾਈਡ ਤੋਂ, ਤੁਸੀਂ ਚੈੱਕ ਕਰ ਸਕਦੇ ਤੁਹਾਡੇ ਸਾਹਮਣੇ। ਸੀਟ ਚੈੱਕ ਕਰ ਲਵੋ। ਉਸ ਤੋਂ ਬਾਅਦ ਬਈ ਸਟੇਅਰਿੰਗ ਵਗੈਰਾ, ਮੀਟਰ ਸ਼ੀਟਰ 93 ਮਾਡਲ ਦੇ, ਠੀਕ ਹੈ। ਚੇਸੀ ਅਤੇ ਗੇਅਰ ਬਕਸਾ ਬੇਵਾਦ ਹੈ, ਉਂਝ ਟਰੈਕਟਰ ਸਾਫ਼ ਪਿਆ। ਇਹ ਬੰਦ ਹੀ ਦੇਣਾ, ਜਿਹੜਾ ਭਰਾ ਖਰੀਦਣਾ ਚਾਹੇ ਖਰੀਦ ਸਕਦਾ, ਠੀਕ ਹੈ। ਉਸ ਤੋਂ ਬਾਅਦ ਬਈ ਇਹ ਟਾਇਰ ਦੇਖ ਲਓ, ਪੁਆਇੰਟ ਬਣਾਓ। ਉਸ ਤੋਂ ਬਾਅਦ ਇਹ ਫਟਿਆ ਹੋਇਆ ਟਾਇਰ, ਠੀਕ ਹੈ। ਇੱਥੋਂ ਗੁੱਡੀ ਇਹਦੀ ਪਾਟੀ ਹੋਈ ਹੈ ਅੰਦਰਲੀ ਸਾਈਡ ਤੋਂ, ਟੋਟਲ ਹੈ ਟਾਇਰ। ਫੁੱਲ ਜ਼ਿੰਮੇਦਾਰੀ 'ਤੇ ਜਾਂ ਲੋਡਿੰਗ 'ਤੇ ਨਹੀਂ ਚੱਲ ਸਕਦਾ। ਰਿਮ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ, ਸਾਫ਼ ਸੁਥਰਾ ਪਿਆ, ਠੀਕ ਹੈ। ਨਿਕਲ ਵੱਜਿਆ ਹੋਇਆ, ਦੰਗ ਇਹਨੂੰ ਪਹਿਲਾਂ ਲੱਗਿਆ ਹੋਇਆ ਸੀ, ਠੀਕ ਹੈ। ਬਕਾਇਆ ਕੁੱਪੀ ਛੁੱਪੀ ਇਹਨੂੰ ਲੱਗੀ ਹੋਈ ਹੈ, ਚੈੱਕ ਕਰ ਸਕਦੇ। ਬੈਕ ਸਾਈਡ ਵਾਲੇ ਟਾਇਰ ਵੇਖ ਲਓ, ਇਹਨਾਂ ਦੇ ਵੀ ਪੁਆਇੰਟ ਬਣਾਓ, ਠੀਕ ਹੈ। ਗੁੱਡੀ ਤੁਹਾਡੇ ਹਿਸਾਬ ਨਾਲ ਕਿੰਨੀ ਕੁ ਹੈ ਮੈਨੂੰ ਵੀ ਦੱਸ ਦਿਓ। ਸਟੇਵਾਂ ਥੱਲੇ ਲੱਗੀਆਂ ਹੋਈਆਂ ਨੇ, ਠੀਕ ਹੈ। ਉਸ ਤੋਂ ਬਾਅਦ ਬਈ ਇਹ ਰਿਮ ਸਾਫ਼ ਸੁਥਰੇ ਜਨਾਬ ਜੀ, ਇਹ ਚੈੱਕ ਕਰ ਸਕਦੇ ਕੰਡੀਸ਼ਨ। ਉਸ ਤੋਂ ਬਾਅਦ ਬੈਕ ਸਾਈਡ 'ਤੇ ਹਿੱਚ ਚੈੱਕ ਕਰ ਲਓ, ਟੂਪਾਂ ਦੀਆਂ ਸਾਫ਼ ਨੇ ਬਿਲਕੁਲ, ਠੀਕ ਹੈ। ਇਹ ਵੈਲਡਿੰਗ ਹੋਈ ਜਗ੍ਹਾ, ਲੈਂਕਾਂ ਬਾਹਰਲੇ ਸੰਗਲ ਮੌਜੂਦ ਨੇ, ਅੰਦਰਲੇ ਨਹੀਂ ਹੈ, ਠੀਕ ਹੈ। ਅੰਦਰੂ ਰਿਮ ਚੈੱਕ ਕਰ ਸਕਦੇ, ਠੀਕ ਹੈ ਜੀ। ਕਾਠੀ ਜਿਹੜੀ ਵੇਖ ਲਓ, ਕਾਪੀ ਬਣੀ ਹੋਈ ਹੈ। ਡੀ ਜੀ ਖਾਂ ਦਾ ਮੇਰੇ ਖਿਆਲ ਨੰਬਰ ਹੈ, ਕਨਫਰਮ ਨਹੀਂ ਪਤਾ, ਜਦੋਂ ਆਓਗੇ ਕਾਪੀ ਤੋਂ ਚੈੱਕ ਕਰ ਲਾਂਗੇ। ਹੈ ਜੀ ਟਾਇਰ, ਠੀਕ ਹੈ। ਉਸ ਤੋਂ ਬਾਅਦ ਰਿਮ ਸਾਫ਼ ਨੇ ਜਨਾਬ ਜੀ। ਇਹ ਦੂਸਰੀ ਸਾਈਡ ਦਾ ਟਾਇਰ, ਰਿਮ ਬਿਲਕੁਲ ਇਹ ਵੀ ਸਾਫ਼ ਹੈ, ਠੀਕ ਹੈ। ਇਹ ਵੀ ਰਿਮ ਬਿਲਕੁਲ ਸਾਫ਼ ਹੈ। ਪਰਲੀ ਸਾਈਡ 'ਤੇ ਜਿਹੜਾ ਉਹਨੂੰ ਟੁੱਚ ਮੁਰੰਮਤ ਲੈ ਹੋਈ ਹੈ, ਸਲਫ ਜਨਰੇਟਰ ਸਲਫ ਓਕੇ ਵੇ। ਉਸ ਬਾਅਦ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਲਾਕ ਦਾ ਹਿੱਸਾ ਇੱਕ ਚੇਂਜ ਹੋਇਆ ਅਤੇ ਹੋਇਆ, ਠੀਕ ਹੈ। ਰੰਗ ਰਲਦਾ ਹੀ ਨਹੀਂ ਪਿਆ ਇਹਨਾਂ ਦਾ। ਪੈਡਲ ਵਗੈਰਾ ਤੁਸੀਂ ਜਿਹੜੇ ਨੂੰ ਵੇਖ ਸਕਦੇ ਜੇ, ਬੈਟਰੀ ਵਿੱਚ ਮੌਜੂਦ ਹੈ, ਠੀਕ ਹੈ। ਸਲਫ ਸਟਾਰਟ ਹੈ, ਫਰੰਟ ਤੋਂ ਤੁਹਾਨੂੰ ਲੁੱਕ ਵਿਖਾ ਦੀ ਹੈ। DGD ਡੇਰਾ ਗਾਜ਼ੀ ਖਾਨ ਦਾ ਮੇਰੇ ਹਾਲੇ ਨੰਬਰ ਲੱਗਿਆ ਹੋਇਆ। ਕਾਪੀ ਬਣੀ ਹੋਈ ਹੈ, ਲਾਈਟਾਂ ਵਗੈਰਾ, ਵੇਟ ਵਗੈਰਾ, ਠੀਕ ਹੈ ਜਨਾਬ ਜੀ। 0308-10-2119 ਇਸ ਨੰਬਰ 'ਤੇ ਤੁਸੀਂ ਰਾਬਤਾ ਕਰ ਲਿਓ, ਟਰੈਕਟਰ ਬਾਏ ਕਰ ਸਕਦੇ ਜੇ। ਡਿਮਾਂਡ 7 ਲੱਖ ਰੁਪਈਆ ਮਾਲਕ ਇਹਦੀ ਕਰ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੈ। ਸਾਨੂੰ ਵੀ ਇਸ ਚੀਜ਼ ਦਾ ਪਤਾ ਅਤੇ ਤੁਹਾਨੂੰ ਵੀ ਪਤਾ। ਇਸ ਰਿਮ ਦੀ ਮੈਂ ਗੱਲ ਕਰਦਾ ਪਿਆ, ਰਿਮ ਵੈਲਡਿੰਗ ਹੋਇਆ, ਠੀਕ ਹੈ ਬਾਈ।
ਬਕਾਇਆ ਖੋਲ੍ਹ ਕੇ ਕੋਈ ਸ਼ੈ ਨਹੀਂ ਦੇਣੀ, ਬੰਦ ਬੰਦ ਟਰੈਕਟਰ ਜਿਵੇਂ ਹੈ ਉਵੇਂ ਹੀ ਦੇਣਾ। ਅਤੇ ਜਿਹੜੇ ਭਰਾ ਨੂੰ ਚੰਗਾ ਲੱਗੇ ਖਰੀਦ ਸਕਦਾ, ਨੰਬਰ 'ਤੇ ਰਾਬਤਾ ਕਰ ਸਕਦਾ। ਅੱਲਾ ਹਾਫਿਜ਼।